ਹਾਈਵੇ ਤੇ ਪੀਆਰਟੀਸੀ ਦੀ ਬੱਸ ਪਲਟੀ ਹੈ। ਕੈਂਟਰ ਨੂੰ ਓਵਰਟੇਕ ਕਰਦੇ ਹੋਏ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿਚਾਲੇ ਇੱਕ 25 ਸਾਲ ਦੇ ਨੌਜਵਾਨ ਦੀ ਮੌਤ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਸੀ ਇਹ ਬੱਸ ਅਤੇ ਰਾਹ 'ਚ ਕੈਂਟਰ ਨੂੰ ਓਵਰਟੇਕ ਕਰਦੇ ਹੋਏ ਵੱਡਾ ਹਾਦਸਾ ਵਾਪਰਿਆ, ਜਿਸ ਵਿਚਾਲੇ ਕਈ ਸਵਾਰੀਆਂ ਜੋ ਨੇ ਗੰਭੀਰ ਜ਼ਖਮੀ ਵੀ ਹੋਈਆਂ ਨੇ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਅਤੇ ਇਲਾਜ ਦੌਰਾਨ ਇੱਕ 25 ਸਾਲ ਦੇ ਨੌਜਵਾਨ ਦੀ ਮੌਤ ਹੋਈ ਹੈ। ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੀਆਰਟੀਸੀ ਦੀ ਬੱਸ ਹਾਈਵੇ 'ਤੇ ਪਲਟੀ ਹੈ ਅਤੇ ਇੱਕ ਕੈਂਟਰ ਨੂੰ ਓਵਰਟੇਕ ਕਰਦੇ ਹੋਏ ਇਹ ਵੱਡਾ ਜੋ ਹਾਦਸਾ ਉਹ ਵਾਪਰਿਆ। ਤੁਹਾਨੂੰ ਦੱਸ ਦਈਏ ਕਿ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ 'ਤੇ ਚੰਡੀਗੜ੍ਹ ਤੋਂ ਬਠਿੰਡਾ ਨੂੰ ਇਹ ਪੀਆਰਟੀਸੀ ਦੀ ਬੱਸ ਜਾ ਰਹੀ ਸੀ ਅਤੇ ਰਾਹ 'ਚ ਇੱਕ ਢਾਬੇ 'ਤੇ ਇੱਕ ਕੈਂਟਰ ਰੁਕਦਾ, ਉਸਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਦੇ ਵਿਚਾਲੇ ਜੋ ਪੀਆਰਟੀਸੀ ਦੀ ਬੱਸ ਹੈ ਉਹ ਰੋਂਗ ਸਾਈਡ ਚੱਲ ਜਾਂਦੀ ਹੈ ਸੜਕ 'ਤੇ, ਜਿਸ ਤੋਂ ਬਾਅਦ ਉਹ ਤੇਜ਼ ਰਫ਼ਤਾਰ 'ਚ ਹੋਣ ਕਾਰਨ ਪਲਟ ਜਾਂਦੀ ਹੈ। ਮੌਕੇ 'ਤੇ ਹੀ ਹਫੜਾ ਦਫੜੀ ਮੱਚ ਜਾਂਦੀ ਹੈ। ਜੋ ਸਵਾਰੀਆਂ ਨਾਲ ਲੱਦੀ ਹੋਈ ਇਹ ਬੱਸ ਸੀਗੀ, ਜਿਸ ਵਿੱਚ ਸਵਾਰੀਆਂ ਨੂੰ ਸੱਟਾਂ ਵੀ ਲੱਗੀਆਂ ਨੇ। ਜਿਵੇਂ ਹੀ ਇਹ ਬੱਸ ਹਾਈਵੇ 'ਤੇ ਪਲਟਦੀ ਹੈ ਤਾਂ ਆਸੇ ਪਾਸੇ ਦੇ ਵਾਹਨ ਵੀ ਰੁਕ ਜਾਂਦੇ ਨੇ, ਜੋ ਸਥਾਨਕ ਲੋਕ ਸੀਗੇ ਉਹ ਵੀ ਉੱਥੇ ਆ ਕੇ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦੇ ਨੇ ਅਤੇ ਫਿਰ ਸੜਕ ਸੁਰੱਖਿਆ ਫੋਰਸ ਪਹੁੰਚਦੀ ਹੈ, ਜਿਨ੍ਹਾਂ ਦੇ ਵੱਲੋਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਭੇਜਿਆ ਜਾਂਦਾ। ਪਰ ਉੱਥੇ ਇਲਾਜ ਦੇ ਦੌਰਾਨ ਇੱਕ 25 ਸਾਲ ਦੇ ਨੌਜਵਾਨ ਦੀ ਮੌਤ ਹੋਈ ਹੈ। ਪਰਿਵਾਰ 'ਤੇ ਦੁੱਖਾਂ ਦਾ ਪਹਾੜ ਆ ਡਿੱਗਿਆ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ 'ਤੇ ਪੀਆਰਟੀਸੀ ਦੀ ਬੱਸ ਪਲਟੀ ਹੈ, ਜਿਸ ਵਿਚਾਲੇ ਕਈ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਅਤੇ ਇੱਕ ਨੌਜਵਾਨ ਦੀ ਮੌਤ ਹੋਈ ਹੈ। ਅਸੀਂ ਮਗਰ ਗੱਡੀ ਜਾ ਰਹੇ ਤੇ ਜਦੋਂ ਅਸੀਂ ਦੇਖਿਆ ਵੀ ਬੱਸ ਪਲਟ ਗਈ ਬੱਸ, ਅਸੀਂ ਗੱਡੀ ਖੜਾ ਲਈ। ਫਿਰ ਉੱਥੇ ਲਵੇ ਹੋਟਲ ਆ, ਹਣੀ ਹੋਟਲ, ਉੱਥੋਂ ਵੀ ਮੁੰਡੇ ਆ ਗਏ ਗਰਨ ਗਰਨ, ਸ਼ੀਸ਼ੇ ਭੰਨ ਕੇ ਕੱਢੇ ਫਿਰ ਵਿੱਚੋਂ ਸਵਾਰੀਆਂ। ਬਹੁਤ ਹੈਕਰ ਹੋਣਗੇ 10-15 ਘੱਟੋ ਘੱਟ ਪੱਟਣ। ਪਟਿਆਲੇ ਨੂੰ ਵੀ ਕਰਤੇ 5-4 ਉੱਥੇ ਰੈਫਰ। ਹਾਂ, ਘੱਟੋ ਘੱਟ ਹੁਣ 15-20 ਬੰਦੇ ਹੋਣਗੇ ਜਿਹੜੇ ਪੱਟਣ ਨੂੰ। ਬਿਲਕੁਲ ਪਲਟ ਚੁੱਕੀ ਹੈ ਬਸ, ਨਹੀਂ ਟੇਢੀ ਹੋ ਗਈ ਹੈ ਬਸ। ਹਾਂ, ਪਲਟੀ ਨਹੀਂ, ਪੂਰੀ ਟੇਢੀ ਹੈ। ਉਹ ਇੱਕ ਲਾਸ ਭੱਜੀ ਹੋਈ ਸੀ ਨਾ ਬਸ, ਇੱਕ ਲਾਸ ਜਦੋਂ ਭੱਜੀ ਸੀਟਾਂ ਇਕੱਠੀਆਂ ਕਰਤੀਆਂ, ਹੋਰ ਵਿੱਚੋਂ ਖਿੱਚ ਕੇ ਕੱਢੇ ਨੇ ਬੰਦੇ। ਬਹੁਤ ਨੌਜਵਾਨ ਤੇ ਖੜੇ ਤੇ ਹੋਟਲ ਕਰਕੇ ਬੱਚਤ ਹੋ ਗਈ। ਹੋਟਲ ਦੇ ਦੂਜੀ ਪਾਸੇ ਲੱਗੀ ਤੀ ਜਾ ਕੇ, ਉਹ ਹੋਟਲ ਕਰਕੇ ਨੌਜਵਾਨ ਆ ਗਏ, ਉਹਨਾਂ ਨੇ ਨੌਜਵਾਨਾਂ ਨੇ ਸ਼ੀਸ਼ੇ ਭੰਨ ਕੇ ਕੱਢੇ ਜਵਾ ਖਿੱਚ ਕੇ ਵਿੱਚੋਂ। ਹਾਂਜੀ, ਬਹੁਤ ਬਾਈ ਜੀ, ਕੀ ਨਾਮ ਆਪਣਾ ਜੀ? ਜਸਵੀਰ ਸਿੰਘ, ਸਬ ਇੰਸਪੈਕਟਰ ਭਵਾਨੀਗੜ੍ਹ। ਕਿੱਥੇ ਖੜੇ ਹੋ, ਕੀ ਹਾਦਸਾ ਹੋਇਆ, ਕੀ ਘਟਨਾ ਹੋਈ? ਇਹ ਭਵਾਨੀਗੜ੍ਹ ਦੇ ਨੇੜੇ ਆ ਹਨੀ ਢਾਬਾ ਜੀ, ਇੱਕ ਬੱਸ ਆ ਰਹੀ ਪੀਆਰਟੀਸੀ ਦੀ, ਆ ਪਿੱਛੇ ਖੜੀ ਹੈ ਵਾ ਚੰਡੀਗੜ੍ਹ ਤੋਂ ਬਠਿੰਡੇ। ਇਹਦੇ ਮੂਹਰੇ ਦੱਸ ਰਹੇ ਨੇ ਵੈਸੇ ਅਸੀਂ ਆਏ ਹਾਂ ਮੌਕੇ 'ਤੇ ਹੁਣ, ਵੀ ਕੋਈ ਕੈਂਟਰ ਸੀਗਾ ਇਹਦੇ ਮੂਹਰੇ, ਕੈਂਟਰ ਨੇ ਬ੍ਰੇਕ ਮਾਰੀ ਜਾਂ ਢਾਬੇ 'ਤੇ ਰੁਕਣ ਵਾਸਤੇ ਕਿਵੇਂ ਆ, ਅਤੇ ਇਹਨੇ ਕੱਟ ਮਾਰਤਾ ਅਤੇ ਬੱਸ ਇਹਦੇ ਰੋਂਗ ਸਾਈਡ 'ਤੇ ਚਲੀ ਗਈ। ਅਤੇ ਕਾਫੀ ਨੇ, ਮੇਰਾ ਖਿਆਲ 12-14 ਬੰਦੇ ਨੇ ਜ਼ਖਮੀ ਨੇ, ਅਤੇ ਡੈੱਡ ਨਹੀਂ ਕੋਈ ਹੋਇਆ। ਅਤੇ ਬਾਕੀ ਅਜੇ ਦੇਖ ਰਹੇ ਹਾਂ, ਕੁਛ ਕੱਢ ਲਿਆ ਬੰਦੇ ਵਿੱਚ, ਇੱਕ ਹੋਰ ਸਰਚ ਕਰ ਰਹੇ ਹਾਂ ਵਿੱਚ ਕੋਈ ਰਹਿ ਨਾ ਜਾਵੇ। ਬਾਕੀ ਸਾਰੇ ਹਸਪਤਾਲ ਪਹੁੰਚਾਤੇ ਆ, ਸਿਵਲ ਹਸਪਤਾਲ ਭਵਾਨੀਗੜ੍ਹ ਇਲਾਜ ਵਾਸਤੇ, ਐਂਬੂਲੈਂਸ ਰਾਹੀਂ ਪਹੁੰਚਾਤੇ ਸਰ। ਰਜਿੰਦਰਾ ਹਸਪਤਾਲ ਵੀ ਭੇਜੇ ਆ, ਉਹ ਉੱਥੋਂ ਰੈਫਰ ਹੋਣਗੇ ਜੀ, ਜਿਹੜੇ ਰੈਫਰ ਹੋਈ ਜਾ ਰਹੇ ਨੇ ਉਹ ਰਜਿੰਦਰਾ ਜਾਣ ਜਾਏ। 15 ਜਾਣੇ ਤਾਂ 14 ਕੁ ਜਾਣੇ 12-14 ਜਾਣੇ ਨੇ ਤਕਰੀਬਨ, ਟੋਟਲ ਇੰਨੇ ਹੀ ਨੇ ਤਕਰੀਬਨ। ਨਹੀਂ, ਟੋਟਲ ਇੰਨੇ ਹੀ ਨੇ, ਐਂਬੂਲੈਂਸਾਂ ਗਈਆਂ ਰਜਿੰਦਰਾ ਹਸਪਤਾਲ ਦੇ ਵਿੱਚ। ਉਹ ਨਹੀਂ ਜੀ, ਰਜਿੰਦਰਾ ਹਸਪਤਾਲ ਜਿਹੜਾ ਰੈਫਰ ਉੱਥੋਂ ਹੋਇਆ ਉਹੀ ਗਏ ਨੇ। ਹਾਂਜੀ, ਅਤੇ ਬਾਕੀ ਸਾਰੇ ਮਤਲਬ ਡੈੱਡ ਬੋਡੀ ਨਹੀਂ ਕੋਈ ਵੀ ਹੈਗੀ, ਸਾਰੇ ਗਲਤੀ ਤਾਂ ਅਚਾਨਕ ਹੀ ਹੋਇਆ ਜੀ। ਮੂਹਰੇ ਕੈਂਟਰ ਸੀਗਾ ਇੱਕ, ਦੱਸ ਰਹੇ ਨੇ ਢਾਬੇ ਵਾਲੇ, ਇੱਥੇ ਲਾਗੇ ਬੰਦੇ ਖੜ੍ਹੇ ਸੀਗੇ, ਉਹ ਕਹਿੰਦੇ ਵੀ ਕੈਂਟਰ ਵਾਲੇ ਨੇ ਬ੍ਰੇਕ ਮਾਰੀ ਅਤੇ ਬੱਸ ਪਿੱਛੇ ਤੇਜ਼ ਸੀਗੀ, ਇਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਇਹਦੋਂ ਬੱਸ ਓਵਰ ਕੰਟਰੋਲ ਹੋ ਗਈ ਹੈ, ਇਸ ਕਰਕੇ ਪਲਟ ਗਈ ਹੈ ਇੱਧਰ। ਪਲਟੀ ਨਹੀਂ, ਟੇਢੀ ਹੋਈ ਹੈ, ਵੈਸੇ ਬਚਾ ਹੀ ਰਹਿ ਗਿਆ। ਅਤੇ ਸਮਾਨ ਸਮੂਨ ਅਸੀਂ ਸਾਂਭ ਲਿਆ ਇਹਨਾਂ ਦਾ ਜਿੰਨਾ ਕੁ ਮਿਲਿਆ ਸਾਨੂੰ, ਬਾਕੀ ਅਸੀਂ ਹਸਪਤਾਲ ਜਾ ਕੇ ਦੇਖਦੇ ਹਾਂ ਟੋਟਲ ਕਿੰਨੇ ਨੇ। ਠੀਕ ਹੈ ਜੀ, ਥੈਂਕ ਯੂ ਸਰ। ਕੀ ਨਾਮ ਹੈ? ਮੇਰਾ ਨਾਮ ਡਾਕਟਰ ਵਿਕਰਮ ਹੈ ਜੀ। ਡਾਕਟਰ ਸਰ, ਅੱਜ ਜਿਹੜਾ ਐਕਸੀਡੈਂਟ ਹੋਇਆ, ਕਿੰਨੇ ਮਰੀਜ਼ ਪਟਰ ਹੋਇਆ, ਕਿੰਨੇ ਨੂੰ ਤੁਸੀਂ ਰੈਫਰ ਕਰ ਚੁੱਕੇ ਹੋ, ਕਿਹੜੇ ਕਿੱਦਾਂ ਦੀ ਉਹਨਾਂ ਦੀ ਕੰਡੀਸ਼ਨ ਹੈ? ਸਰ, ਐਂ ਸੀ, ਇੱਕ ਬੱਸ ਪਲਟੀ ਹੈ ਕੋਈ ਹਨੀ ਢਾਬੇ ਕੋਲ ਉਰੇ, ਮੈਨੂੰ ਇਮੀਡੀਏਟਲੀ, ਅਤੇ ਸਾਡੇ ਕੋਲ 21 ਪੇਸ਼ੈਂਟ ਆਏ ਨੇ ਉਰੇ, ਅਤੇ 21 ਪੇਸ਼ੈਂਟਾਂ 'ਚੋਂ 2-3 ਪੇਸ਼ੈਂਟ ਸੀਰੀਅਸ ਸੀਗੇ, ਅਤੇ ਕਾਫੀ ਜ਼ਿਆਦਾ ਸੀਰੀਅਸ ਸੀਗੇ, ਮਤਲਬ
ते बाकी पेशेंट ठीक सीगे, फ्रैक्चर फ्रुक्चर तो काफ़ी जाने दे ने, मतलब 19 असी ने रैफर किए ने, 2 डिस्चार्ज किए ने हजे तक, बाकी कंडीशन उस बाद चो रजिंद्रा भेज के उन्होंने देखते हैं। असी फर्स्ट एड वगैरह सारी स्प्लिंटिंग वगैरह सब कुछ करती, सब दे ड्रिप वगैरह सब कुछ लग भेजे। सर मैं हूँ याद नहीं जी, मैं लगता एग्जैक्टली तो नहीं, मैं कुछ दस सकता, एक मिनट खड़ो, दो एक मिनट खड़ो सर, मैनू 852 ते कॉल आई है सर, पहली 852 ते पेशेंट आने शुरू हो गए मेरे को। डॉक्टर साहब जिवें तुसीं दिने भी ड्यूटी करते हो, रात नूं भी ड्यूटी करते हो, स्टाफ है जिहड़ा, किन्नी कु कमी है इस हॉस्पिटल दे? सर बहुत ज़्यादा कमी है जी, बहुत ही ज़्यादा, निहायत ही ज़्यादा कमी है। हुण असीं बेचारे सिस्टर, मैं तो चलो कल्ला हैगा, चलो मैं तो शुरू, मैं एज ए सर्जन उरे सीगा, मेरी ड्यूटी लगी हुई सी, मैनेज हो गया, अदरवाइज उरे एक सिंपल एमओ वास्ते मैनेज करना, इन्ने मरीज बहुत औखे ने, बहुत ज़्यादा औखे ने। दूजा साढ़े को सिस्टर भी बेचारिया घरों उठ के आई हैं, स्पेशली उस वेले कॉल ते इमीजिएटली सारी सिस्टर आ गई, तो करके सारा ये इन्नी देर असी मैनेज कर पाए, नहीं अदरवाइज बहुत टफ सी जी साढ़े वास्ते। जेकर तुहाडी रैस इत्थे लोकल ना होवे तां किन्ना नुकसान होगा, क्यों क्योंकि दिन ने भी ड्यूटी करनी है ते रात नूं स्टाफ बड़ी कमी है, रैफर सेंटर बनया हुआ एक तरह का। सर हूँ हम देखो जी असं की कर सकते हैं, सरकार कह रही है भी असं रिक्रूटमेंट होर करांगे, बाकी सर जो आवे उदो देखांगे। हाँ और तो अस्पताल के जो हालात ने, इतने स्टाफ नहीं है, की तुसी किसे सर? देखो साढ़े वालों नहीं, रेगूलरली स्टाफ की डिमांड तो भेजी जाती है, रेगूलरली डिमांड जो मतलब पहले लिख के भेजा जाता है भी इन्ने सेंशन पोस्ट ने, तो इन्नी वो एम्पटी खाली ने, तो सब मतलब ये रेगूलर जाती ही रहने ने, मतलब 6 महीने के अंदर 3 महीने के अंदर अंदर असं भेज ही दें, वो दफ्तर वाला तो चली जाती है, पर कोई रिक्रूटमेंट जो होगी उदो देखा सर। ओके थैंक यू। ओके जी।